सत श्री अकाल दोस्तों, अज असी बैठे हैं न्यू गुरदीप कंबाइन दे ओनर दे नाल सोहन सिंह सोनी जी, जिन्हां ने इंडिया दे विच सब तो पहला कंबाइना दे उत्ते SMS लगान वास्ते जो उपराला किया वो इन्हां वल्लों होया। आओ इन्हां नाल गलबात करते हैं। सत श्री अकाल सर। सत श्री अकाल जी। मैं सोहन सिंह सोनी न्यू गुरदीप कंबाइन तो जी, मैं आप सारिआं दा हार्दिक दिलों धन्नवाद करदा हाँ। सर, जिहड़ा तुसीं SMS बनाया सी उदे वास्ते तुहानू की उपराले करने पे, किन्ना टाइम लग्या इस SMS नूं बनाउण लई, कि साडे दर्शकां नूं दसोगे? जिहड़ा सुपर SMS आ जी, इस नूं बनाउण वास्ते असी 2015 तो कम कर रहे हैं जी। असल विच 2015 दे विच जिहड़ा इस SMS डिवेलप हो चुकिया सीगा, और 2015-2016 दे विच PAU वल्लों तकरीबन असी टैसट करवा चुके सीगे इस नूं SMS नूं। तो इस बार ये हो रहा भी जोड़े भी कंबाइन वाले मैनुफैक्चर भी ने सारे वास्ते जो सुपर SMS मंडेटरी हो चुके, क्योंकि जोड़ा साड़ी इनवायरमेंट आ उस पोल्यूशन बहुत ज़्यादा हो चुके, जिस करके SMS के नाल जी इस ठल पाई जा सकती है। तो नाल ही इस जो सुपर SMS कंबाइन के मगर फिट हो के जिहड़ा रेजिड्यू उस नूं ब्रीक करके खेतों में खिलार दिंदा, तो उस तो बाद उस दे विच कोई भी इक्विपमेंट नूं चलाना बहुत ही आसान हो जाता है। जिस तरह सोहन सिंह जी ने दस्सिया कि जिहड़ा सुपर SMS इन्हां वल्लों बनाया गया वो कंबाइन दे पिछे लग के उहदे बरीक बरीक कुतरे कर दिंदा, उस तो बाद चाहे रोटावेटर चलाओ चाहे हैप्पी सीटर चलाओ तुहानूं किसी भी तरह की कोई दिक्कत नहीं आउंदी। तुहानूं कि यूनिवर्सिटी वल्लों सम्मानित किया गया जी? सानू PAU वालों सन्मानित किया गया जी, क्योंकि सुपर SMS बनाने असी PAU दे नाल रल के काफ़ी वड्डा, PAU ने भी सानू वधिया सपोर्ट की है। तो असी जिहड़ा सुपर SMS आ उस दे विच असी PAU नाल एक इंडस्ट्रियल टीम वजो कम कर रहे हैं जी। तो जिहड़ी सुपर SMS आ इस नूं PAU ने रिकमेंड किया भी सारे जिमीदार जिहड़े उपरे कंबाइन ओपरेटर ने ਉਹ ਇਸ ਨੂੰ ਯੂਜ਼ ਕਰਨ, ਕੰਬਾਈਨਾਂ 'ਤੇ ਲਗਵਾਉਣ। ਸੋਹਨ ਜੀ, ਸਾਡੇ ਦਰਸ਼ਕਾਂ ਨੂੰ ਇੱਥੇ ਦੱਸੋ ਕਿ ਤੁਹਾਡੇ ਵੱਲੋਂ ਜਿਹੜਾ ਸੁਪਰ SMS ਬਣਾਇਆ ਗਿਆ ਉਹਦੇ ਵਾਸਤੇ ਸਰਕਾਰਾਂ ਵੱਲੋਂ ਕਿਹੜੇ ਅਵਾਰਡਸ ਤੁਹਾਨੂੰ ਮਿਲੇ? ਜਿਹੜਾ ਸੁਪਰ SMS ਬਣਾਇਆ ਗਿਆ ਜੀ, ਉਸ ਦੇ ਵਿੱਚ ਸਰਕਾਰ ਵੱਲੋਂ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ। ਜਿਵੇਂ ਕਿ PAU ਨਾਲ ਅਸੀਂ ਇੱਕ ਇੰਡਸਟਰੀਅਲ ਪਾਰਟਨਰ ਦੇ ਤੌਰ 'ਤੇ ਅਸੀਂ ਕੰਮ ਕਰ ਰਹੇ ਹਾਂ ਜੀ। ਅਤੇ PAU ਨੇ ਸਾਨੂੰ ਇਸ ਦੇ ਵਿੱਚ ਕਲਾਬਰੇਸ਼ਨ ਅਵਾਰਡ ਦਿੱਤਾ ਜੀ ਮੈਨੂਫੈਕਚਰਿੰਗ, ਅਤੇ ਦੂਸਰਾ ਸਾਨੂੰ GS ਖੁਸ਼ ਅਵਾਰਡ ਮਿਲਿਆ, ਅਤੇ ਜਿਹੜਾ ਤੀਸਰਾ ਸੀਗਾ ਉਹ ਇੰਡੀਅਨ ਸੋਸਾਇਟੀ ਆਫ ਐਗਰੀਕਲਚਰ ਇੰਜੀਨੀਅਰਸ ਦਾ ਅਵਾਰਡ ਮਿਲਿਆ ਜੀ ਸਾਨੂੰ, ਅਤੇ ਦਿੱਲੀ ਸਰਕਾਰ ਵੱਲੋਂ, ਅਤੇ ਹੋਰ ਵੀ ਜਿਹੜੇ PAU ਵੱਲੋਂ ਸਾਨੂੰ ਅਵਾਰਡ ਨੇ ਉਹਨਾਂ ਦੇ ਵਿੱਚ ਜ਼ਰੂਰ ਸਾਨੂੰ ਸ਼ਾਮਿਲ ਕੀਤਾ ਜਾਂਦਾ। ਅਸੀਂ PAU ਦਾ ਹਾਰਦਿਕ ਦਿਲੋਂ ਧੰਨਵਾਦ ਕਰਦੇ ਹਾਂ ਜੀ। ਅਤੇ ਜਿਹੜਾ ਕਿ ਪੋਲਿਊਸ਼ਨ ਨੂੰ ਕੰਟਰੋਲ ਕਰਨ ਵਾਸਤੇ ਆ ਜੀ, ਸੁਪਰ SMS ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਹੈਪੀ ਸੀਡਰ, ਮਲਚਰ, ਸ਼ਰੈਡਰ ਜਾਂ ਕੋਈ ਵੀ ਹੋਰ ਆਪਾਂ ਨੇ ਇਕਮੈਂਟ ਜਾਂ ਕਲਟੀਵੇਟਰ ਡਿਸਕ ਐਰੋ ਚਲਾਉਣੀ ਆ ਤਾਂ ਬਹੁਤ ਹੀ ਠੀਕ ਚਲੇ ਜਾਂਦੇ ਨੇ ਇਸ ਦੇ ਵਿੱਚ। ਜਿਹੜਾ ਤੁਹਾਡੇ ਵੱਲੋਂ SMS ਬਣਾਇਆ ਗਿਆ ਸੀ ਜੀ, ਇਹ ਜਦ ਤੁਸੀਂ ਬਣਾਇਆ ਤਾਂ ਤੁਹਾਨੂੰ ਕਿਹੜੀ ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ? ਦੇਖੋ ਜੀ, ਜਦੋਂ ਕੋਈ ਵੀ ਇੰਪਲੀਮੈਂਟ ਜਾਂ ਕੋਈ ਮਸ਼ੀਨਰੀ ਦੇ ਉੱਤੇ ਅਸੀਂ ਕੰਮ ਕਰਦੇ ਹਾਂ ਤਾਂ ਉਸ ਦੇ ਵਿੱਚ ਇਹ ਨਹੀਂ ਹੁੰਦਾ ਵੀ ਹਮੇਸ਼ਾ ਦਿੱਕਤਾਂ ਤਾਂ ਆਉਂਦੀਆਂ ਹੀ ਨੇ ਛੋਟੀਆਂ ਛੋਟੀਆਂ, ਪਰ ਕੋਈ ਐਡੀ ਜ਼ਿਆਦਾ ਦਿੱਕਤ ਵਾਲੀ ਗੱਲ ਨਹੀਂ ਸੀਗੀ, ਕਿਉਂਕਿ ਜਿਵੇਂ ਕਿ ਜ਼ਿਮੀਂਦਾਰਾਂ ਨੂੰ ਤੋਂ ਹੀ ਸਾਨੂੰ ਵੀ ਪਤਾ ਚੱਲਦਾ ਵੀ ਜਿਹੜੇ ਜ਼ਿਮੀਂਦਾਰਾਂ ਨੂੰ ਕਿਸ ਚੀਜ਼ ਦੀ ਲੋੜ ਆ ਅਤੇ ਉਹਨਾਂ ਨੂੰ ਕਿਹੜੇ ਕਿਹੜੇ ਇਕੁਪਮੈਂਟ ਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਪੈਂਦੀ ਰਹਿੰਦੀ ਆ। ਜਿਵੇਂ ਕਿ ਕਿਸੇ ਇੱਕ ਕਲਰ ਮਾਜਰੀ ਤੋਂ ਸਾਡੇ ਕਿਸਾਨ ਵੀਰ ਨੇ, ਵੀਰ ਦਲਵਿੰਦਰ ਸਿੰਘ, ਉਹਨਾਂ ਵੱਲੋਂ ਸੀ ਵੀ ਸਾਨੂੰ ਕੁਛ ਅਜਿਹਾ ਮਸ਼ੀਨ ਦੇ ਵਿੱਚ ਫਿੱਟ ਕਰਕੇ ਦਿਓ ਵੀ ਜਿਹੜਾ ਮਸ਼ੀਨ ਕੰਮ ਵਿਗਾੜਦੀ ਆ ਉਹ ਮਸ਼ੀਨ ਹੀ ਸਵਾਰ ਕੇ ਦੇਵੇ ਸਾਨੂੰ। ਅੱਛਾ, ਇੱਥੇ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ, ਜਿਹੜਾ ਕਲਰ ਮਾਜਰੀ ਪਿੰਡ ਹੈ ਜਿਹਦੇ ਵਿੱਚ ਤੁਸੀਂ, ਉੱਥੇ ਦੇ ਕਿਸਾਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ, ਉਹਨਾਂ ਨੇ ਬਿਲਕੁਲ ਵੀ ਪੂਰੇ ਪਿੰਡ ਨੇ ਕਿਸੇ ਵੀ ਤਰ੍ਹਾਂ ਦੀ ਅੱਗ ਨਹੀਂ ਲਗਾਈ, ਇਸ ਦੇ ਵਿੱਚ ਤੁਸੀਂ ਤੁਹਾਡਾ ਕਿੰਨਾ ਕੁ ਯੋਗਦਾਨ ਸੀ? ਦੇਖੋ ਜੀ, ਵੈਸੇ ਤਾਂ ਜਿਹੜੇ ਜ਼ਿਮੀਂਦਾਰ ਨੇ ਅਸੀਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ, ਕਿਉਂਕਿ ਜਿਹੜਾ ਸਾਰਾ ਕੰਮ ਆ ਪੋਲਿਊਸ਼ਨ ਨੂੰ ਕੰਟਰੋਲ ਕਰਨਾ, ਇਹ ਜ਼ਿਮੀਂਦਾਰਾਂ ਦਾ ਬਹੁਤ ਵੱਡਾ ਯੋਗਦਾਨ ਆ, ਉਹਨਾਂ ਦੇ ਯੋਗਦਾਨ ਨਾਲ ਹੀ ਇਸ ਨੂੰ ਠੱਲ ਪਾਈ ਜਾ ਸਕਦੀ ਆ।
ਅਤੇ ਜਿਹੜਾ ਇਸ ਪਿੰਡ ਦੇ ਵਿੱਚ ਸਾਡੇ ਵੱਲੋਂ ਯੋਗਦਾਨ ਰਿਹਾ ਸੀ ਉਹਨਾਂ ਨੂੰ ਆਪਣੇ ਸੁਪਰ SMS ਕੰਬਾਈਨ ਸੀ ਜਿਹੜੀ ਉਹ ਪ੍ਰੋਵਾਈਡ ਕਰਵਾਈ ਅਤੇ ਉਸ ਦੇ ਨਾਲ ਉਹਨਾਂ ਨੇ ਜਿੰਨੇ ਵੀ ਏਕੜ ਏਰੀਆ ਸੀਗਾ ਉਹ ਕਟਵਾਇਆ ਅਤੇ ਉਸ ਦੇ ਬਾਅਦ ਉਹਨਾਂ ਨੇ ਉਸ ਦੇ ਵਿੱਚ ਹੈਪੀ ਸੀਡਰ ਨਾਲ ਬਿਜਾਈ ਕੀਤੀ ਜਿਸ ਦੇ ਨਾਲ ਬਹੁਤ ਜ਼ਿਆਦਾ ਪੋਲਿਊਸ਼ਨ ਆ ਜਿਹੜਾ ਉਹ ਕੰਟਰੋਲ ਹੋਇਆ ਅਤੇ ਪਿੰਡ ਦੇ ਵਿੱਚ ਕਿਤੇ ਵੀ ਅੱਗ ਨਹੀਂ ਲਗਾਈ ਗਈ ਅਤੇ ਕੁਛ ਏਰੀਏ ਦੇ ਵਿੱਚ ਥੋੜ੍ਹੀ ਬਹੁਤੀ ਬਿਲਿੰਗ ਵੀ ਹੋਈ ਸੀਗੀ ਵੇਲਿੰਗ ਵੀ ਕਰਵਾਈ ਆ ਅਤੇ ਮੈਂ ਅਪੀਲ ਕਰਦਾ ਵੀ ਕੋਈ ਵੀ ਜਿਹੜੇ ਕਿਸਾਨ ਨੇ ਉਹ ਜੋ SMS ਨੂੰ ਚੰਗਾ ਸਮਝਦੇ ਨੇ SMS ਨਹੀਂ ਤਾਂ ਫਿਰ ਵੇਲਿੰਗ ਹੁੰਦੀ ਆ ਜਾਂ ਕੋਈ ਹੋਰ ਜਿਹੜੇ ਬਾਹਰ ਕੱਢਦੇ ਨੇ ਜਾਂ ਗੁੱਜਰ ਚੱਕਦੇ ਨੇ ਪਰਾਲੀ ਉਹ ਕਈ ਸਾਡੇ ਕੋਲ ਅਲੱਗ ਅਲੱਗ ਪ੍ਰੋਸੀਜਰ ਹੈਗੇ ਨੇ ਉਹਨੂੰ ਸਾਂਭਣ ਦੇ ਉਹਨਾਂ ਨੂੰ ਯੂਜ਼ ਜ਼ਰੂਰ ਕਰਨ ਅਤੇ ਅੱਗ ਤੋਂ ਤਾਂ ਬਹੁਤ ਜ਼ਿਆਦਾ ਪਰਹੇਜ਼ ਹੀ ਕਰਨ ਤਾਂ ਕਿਸਾਨ ਵੀਰਾਂ ਦਾ ਅਸੀਂ ਬਹੁਤ ਦਿਲੋਂ ਧੰਨਵਾਦੀ ਹੋਵਾਂਗੇ ਜੀ ਇਸ ਗੱਲ ਸਾਡੇ ਨਾਲ ਸੋਹਣ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਸੁਪਰ SMS ਬਾਰੇ ਸੁਪਰ SMS ਦੇ ਉੱਤੇ ਸਰਕਾਰ ਵੱਲੋਂ ਕਿੰਨੀ ਕੁ ਸਬਸਿਡੀ ਦਿੱਤੀ ਜਾਂਦੀ ਸੋਹਣ ਜੀ ਸੁਪਰ SMS ਕੰਬਾਈਨ ਦੇ ਉੱਤੇ ਹੀ ਸਰਕਾਰ ਵੱਲੋਂ ਗਰੁੱਪਾਂ ਦੇ ਵਿੱਚ 80% ਸਬਸਿਡੀ ਅਤੇ ਜਿਹੜੇ ਆਮ ਸਿੰਗਲ ਇਕੁਪਮੈਂਟ ਆ ਉਸ ਦੇ ਉੱਤੇ 50% ਸਬਸਿਡੀ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਅਤੇ ਜਿਹੜੇ ਜ਼ਿਮੀਂਦਾਰ ਨੇ ਉਹ ਇਸ ਦਾ ਗਰੁੱਪਾਂ ਦੇ ਤੌਰ 'ਤੇ ਬਹੁਤ ਵਧੀਆ ਲਾਭ ਲੈ ਰਹੇ ਨੇ ਸਰਕਾਰ ਵੱਲੋਂ ਕਾਫੀ ਹੱਦ ਤੱਕ ਹੀ 80% ਦੀ ਸਬਸਿਡੀ ਪ੍ਰੋਵਾਈਡ ਕਰਵਾਈ ਜਾ ਰਹੀ ਆ ਅਤੇ 50% ਦੇ ਵਿੱਚ ਵੀ ਇਹ ਪੰਜਾਬ ਹਰਿਆਣਾ ਦੇ ਵਿੱਚ ਵੀ ਇਸ ਤੋਂ ਇਲਾਵਾ ਨਹੀਂ ਜੀ ਇਹ ਪੰਜਾਬ ਹਰਿਆਣਾ UP ਅਤੇ NCR ਦਿੱਲੀ ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਪੰਜਾਬ ਹਰਿਆਣਾ NCR ਦਿੱਲੀ UP ਦੇ ਵਿੱਚ ਸੁਪਰ SMS ਜਿਹੜੇ ਲਗਵਾ ਰਹੇ ਉਹਨਾਂ ਨੇ 80% ਗਰੁੱਪ ਦੇ ਵਿੱਚ ਅਤੇ ਇੰਡੀਵਿਜੁਅਲੀ 50% ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਇਹਦਾ ਫਾਇਦਾ ਸਾਡੇ ਕਿਸਾਨ ਵੀਰ ਜ਼ਰੂਰ ਲੈਣ ਨਿਊ ਗੁਰਦੀਪ ਵੱਲੋਂ ਜ਼ਿਮੀਂਦਾਰਾਂ ਵਾਸਤੇ ਬਹੁਤ ਵਧੀਆ ਪ੍ਰੋਡਕਟ ਤਿਆਰ ਕੀਤੇ ਜਾਂਦੇ ਨੇ ਜੀ ਜਿਵੇਂ ਕਿ ਹੈਪੀ ਸੀਡਰ ਰੋਟਾਵੇਟਰ SMS ਹਰਵੈਸਟਰ ਕੰਬਾਈਨ ਮੇਜ਼ ਕਟਰ ਅਤੇ ਲੇਜ਼ਰ ਲੈਂਡ ਲੇਵਲਰ ਅਤੇ ਹੋਰ ਵੀ ਜਿਹੜੇ ਐਗਰੀਕਲਚਰ ਇੰਪਲੀਮੈਂਟ ਦੇ ਵਿੱਚ ਵਰਤੇ ਜਾਣ ਵਾਲੇ ਹੋਰ ਵੀ ਛੋਟੇ ਛੋਟੇ ਇਕੁਪਮੈਂਟ ਨੇ ਉਹ ਅਸੀਂ ਤਿਆਰ ਕਰਦੇ ਰਹਿੰਦੇ ਹਾਂ ਜੀ ਨਿਊ ਗੁਰਦੀਪ ਵੱਲੋਂ ਮੈਂ ਸੋਹਣ ਸਿੰਘ ਸੋਨੀ ਇੱਕ ਛੋਟੀ ਜਿਹੀ ਹੋਰ ਕਿਸਾਨ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਵੀ ਕਿਸਾਨ ਵੀਰ ਆਪਣੇ ਜਾਂ ਫਿਰ ਕੰਬਾਈਨ ਓਪਰੇਟਰ ਕੰਬਾਈਨ ਦੇ ਆਪਣੀ ਇੱਥੇ SMS ਲਗਵਾਉਣਾ ਚਾਹੁੰਦੇ ਨੇ ਜਾਂ ਫਿਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ SMS ਚਲਾਉਣ ਦੇ ਵਿੱਚ ਜਾਂ ਲਗਵਾਉਣ ਦੇ ਵਿੱਚ ਆ ਰਹੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਗੱਲਬਾਤ ਸਾਡੇ ਨਾਲ ਉਹ ਕਰ ਸਕਦੇ ਨੇ ਅਸੀਂ ਆਪਣੇ ਜਿਹੜੇ ਨੰਬਰ ਨੇ ਇਹਨਾਂ ਨੂੰ ਸਕਰੀਨ ਦੇ ਉੱਤੇ ਚਲਵਾ ਰਹੇ ਹਾਂ ਤਾਂ ਅਸੀਂ ਕਿਸਾਨ ਵੀਰਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਨਿਊ ਗੁਰਦੀਪ ਵੱਲੋਂ ਅਸੀਂ ਕਿਸਾਨ ਵੀਰਾਂ ਨੂੰ ਹਾਰਦਿਕ ਦਿਲੋਂ ਧੰਨਵਾਦ ਬੋਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ